ਇੱਕ ਬਜ਼ੁਰਗ ਕਬਾੜੀਏ ਦੀ ਕਿਸਮਤ ਅਚਾਨਕ ਹੀ ਪਲਟ ਗਈ ਜਦੋਂ ਉਸਦੀ 2.5 ਕਰੋੜ ਦੀ ਲੋਟਰੀ ਨਿਕਲੀ ਅਤੇ ਅਚਾਨਕ ਇਸ ਤਰ੍ਹਾਂ ਕਿਸਮਤ ਪਲਟੀ ਵੇਖ ਪਰਿਵਾਰ ਦੀ ਖੁਸ਼ੀ ਦਾ ਕੋਈ ਠਿਕਾਣਾ ਹੀ ਨਹੀਂ ਰਿਹਾ। ਜਲੰਧਰ ਜ਼ਿਲ੍ਹੇ ਦੇ ਕਸਬਾ ਅਹਮਦਪੁਰ ਦੇ ਰਹਿਣ ਵਾਲੇ ਬਜ਼ੁਰਗ ਪ੍ਰੀਤਮ ਲਾਲ ਜੱਗੀ ਨੇ ਰਾਖੀ ਬੰਪਰ ਦੀ ਟਿਕਟ ਖਰੀਦੀ ਸੀ ਜਿਸਦੀ ਜਿੱਤ ਦੀ ਰਕਮ 2.5 ਕਰੋੜ ਰੁਪਏ ਸੀ ਅਤੇ ਬੀਤੇ ਦਿਨ ਪ੍ਰੀਤਮ ਲਾਲ ਨੇ ਅਖਬਾਰ 'ਚ ਪੜ੍ਹਿਆ ਕਿ ਉਹ ਰਾਖੀ ਬੰਪਰ ਦੇ ਵਿਜੇਤਾ ਨੇ। ਬਜ਼ੁਰਗ ਪ੍ਰੀਤਮ ਲਾਲ ਕਬਾੜੀਏ ਦਾ ਕੰਮ ਕਰਦੇ ਨੇ ਤੇ ਉਸਦੇ ਨਾਲ ਹੀ ਆਪਣੇ ਘਰ ਦਾ ਗੁਜ਼ਾਰਾ ਕਰਦੇ ਨੇ ਅਤੇ ਪਿਛਲੇ ਹਫਤੇ ਹੀ ਉਹਨਾਂ ਨੇ ਇਹ ਲੋਟਰੀ ਸ਼ਹਿਰ ਤੋਂ ਆਏ ਇੱਕ ਸੇਵਕ ਨਾਮ ਦੇ ਵਿਅਕਤੀ ਤੋਂ ਖਰੀਦੀ ਸੀ ਤੇ ਇਹ ਟਿਕਟ ਉਹਨਾਂ ਨੇ ਆਪਣੀ ਪਤਨੀ ਅਨੀਤਾ ਜੱਗੀ ਦੇ ਨਾਮ ਤੇ ਖਰੀਦੀ। ਇਸ ਮੌਕੇ ਪ੍ਰੀਤਮ ਲਾਲ ਨੇ ਕਿਹਾ ਕਿ ਉਹਨਾਂ ਨੂੰ ਯਕੀਨ ਹੀ ਨਹੀਂ ਹੋ ਰਿਹਾ ਕਿ ਉਹਨਾਂ ਦੀ 2.5 ਕਰੋੜ ਦੀ ਲੋਟਰੀ ਨਿਕਲੀ ਹੈ। ਲੋਟਰੀ ਨਿਕਲਣ ਤੋਂ ਬਾਅਦ ਪ੍ਰੀਤਮ ਲਾਲ ਨੇ ਪਰਮਾਤਮਾ ਦਾ ਸ਼ੁਕਰੀਆ ਅਦਾ ਕੀਤਾ ਅਤੇ ਕਿਹਾ ਕਿ ਉਹ ਇਸ ਪੈਸੇ ਦੇ ਨਾਲ ਆਪਣਾ ਨਵਾਂ ਘਰ ਬਣਾਉਣਗੇ ਕਿਉਂਕਿ ਉਹ ਉਮਰ ਭਰ ਕਿਰਾਏ ਦੇ ਮਕਾਨ ਤੇ ਹੀ ਰਹਿ ਰਹੇ ਸਨ ਅਤੇ ਬਾਕੀ ਬਚੇ 25% ਪੈਸੇ ਉਹ ਧਾਰਮਿਕ ਕੰਮਾਂ ਦੇ ਵਿੱਚ ਵਰਤਣਗੇ। ਮੈਂ ਤਕਰੀਬਨ 50 ਸਾਲ ਤੋਂ ਜਦੋਂ 1 ਰੁਪਏ ਦਾ 2 ਰੁਪਏ ਦਾ ਟਿਕਟ 5 ਦਾ ਹੋਇਆ ਫਿਰ 10-20 ਦਾ ਹੋਇਆ ਫਿਰ 50 ਦਾ ਫਿਰ 100 ਦਾ ਉਦੋਂ ਤੱਕ ਪਾਉਂਦਾ ਆ ਰਿਹਾ ਹਾਂ। ਮੈਨੂੰ ਬੜੀ ਆਸ ਸੀ ਕਿ ਈਸ਼ਵਰ ਇੱਕ ਦਿਨ ਜ਼ਰੂਰ ਸਾਡੀ ਸੁਣੇਗਾ ਤੋ ਮੈਂ ਅਰਦਾਸ ਕੀਤੀ ਈਸ਼ਵਰ ਦੇ ਅੱਗੇ ਕਿ ਇਹ ਮਾਲਕ ਸਾਡਾ ਮਕਾਨ ਵੀ ਹੈ ਨਹੀਂ ਦੁਕਾਨ ਵੀ ਨਹੀਂ ਕਿਰਾਏ 'ਤੇ ਰੁਲ ਰਹੇ ਹਾਂ ਕਿ ਈਸ਼ਵਰ ਤੂੰ ਸਾਨੂੰ ਇਸ ਤਰ੍ਹਾਂ ਹੀ ਭੇਜੇਗਾ ਉੱਪਰ। ਲੇਕਿਨ ਈਸ਼ਵਰ ਨੇ ਆਪ ਜੀ ਦੀ ਕਿਰਪਾ ਦੇ ਨਾਲ ਭਰਾਵਾਂ ਦੇ ਕਿਰਪਾ ਦੇ ਨਾਲ ਮੇਰੇ 'ਤੇ ਮਿਹਰ ਕੀਤੀ ਗੁਰੂ ਕਿਰਪਾ ਹੋਈ ਗੁਰੂ ਨਾਨਕ ਸਾਹਿਬ ਜੀ ਦੀ ਬੜੀ ਮਿਹਰ ਹੋਈ ਮੇਰੇ 'ਤੇ ਜੇ ਮਹਾਮਾਈ ਦੀ ਚਿੰਤਪੁਰਨੀ ਦੀ ਵੈਸ਼ਨੋ ਦੇਵੀ ਸਾਰੀਆਂ ਭੈਣਾਂ ਦੀ ਬੜੀ ਕਿਰਪਾ ਮੇਰੇ 'ਤੇ ਹੋਈ ਮੇਰਾ ਬੰਪਰ 2.5 ਕਰੋੜ ਦਾ ਨਿਕਲਿਆ। ਮੈਂ ਇਹ ਅਰਦਾਸ ਕਰਦਾ ਹਾਂ ਕਿ ਪ੍ਰਭੂ ਇਸ ਪੈਸੇ ਨੂੰ ਕੋਈ ਅੱਛੇ ਪਾਸੇ ਧਾਰਮਿਕ ਪਾਸੇ ਲਗਾਵਾਂਗਾ ਜਿਹਦੇ ਨਾਲ ਮੇਰਾ ਮਨ ਵੀ ਸ਼ਾਂਤੀ ਹੋਵੇ ਔਰ ਮੈਂ ਆਪਣੇ ਆਪ 'ਚ ਸਮਝਾਂ ਕਿ ਮੈਂ ਅੱਛੇ ਪਾਸੇ ਲਾਇਆ ਹੈ। ਪੈਸਾ ਈਸ਼ਵਰ ਨੇ ਮੈਨੂੰ ਜੇ ਦਿੱਤਾ ਹੈ ਇਸ ਨੂੰ ਮੈਂ ਅੱਛੇ ਪਾਸੇ ਲਾਵਾਂਗਾ। ਇਹਦੇ ਵਿੱਚ ਮੈਂ ਇਹ ਸੋਚਿਆ ਹੈ ਕਿ ਜਿਹੜਾ ਕਮ ਸੇ ਕਮ 25% ਪੈਸਾ ਮੈਂ ਇੱਕ ਧਾਰਮਿਕ ਸੰਸਥਾ ਦੇ ਵਿੱਚ ਲਾਵਾਂਗਾ ਜਿਹਦੇ ਨਾਲ ਕਮ ਸੇ ਕਮ ਮੈਨੂੰ ਆਪਣੇ ਆਪ 'ਚ ਇਹ ਮਹਿਸੂਸ ਖੁਸ਼ੀ ਹੋਵੇਗੀ ਕਿ ਮੈਂ ਪੈਸਾ ਅੱਛੇ ਪਾਸੇ ਲਾਇਆ ਬੁਰੇ ਨਹੀਂ ਲਾਇਆ ਕਿਉਂਕਿ ਅੱਛੇ ਪਾਸੇ ਲੱਗਿਆ ਪੈਸਾ ਹੀ ਇਨਸਾਨ ਦੇ ਜੀਵਨ ਨੂੰ ਉਤਾ ਉਠਾਉਂਦਾ ਹੈ। ਤੋ ਮੈਂ ਅਰਦਾਸ ਕਰਦਾ ਹਾਂ ਪ੍ਰਭੂ ਅੱਗੇ ਪ੍ਰਭੂ ਨੇ ਸਾਡੇ ਪਰਿਵਾਰ ਦੀ ਸੁਣੀ ਹੈ ਕਿਉਂਕਿ ਮੈਂ ਮਕਾਨ ਵੀ ਔਰ ਦੁਕਾਨ ਵੀ ਜਿਹੜਾ ਕਿਰਾਏ 'ਚ ਰੁਲਦਾ ਸੀ ਹੋ ਸਕਦਾ ਕਿ ਪ੍ਰਭੂ ਨੇ ਮੇਰੀ ਇਸੀ ਅਰਦਾਸ ਨੂੰ ਪੂਰਨ ਕੀਤਾ। ਮੈਂ ਜ਼ਰੂਰ ਇਹ ਆਪਣਾ ਮਕਾਨ ਔਰ ਦੁਕਾਨ ਲੈਣ ਤੋਂ ਬਾਅਦ ਜੋ ਧਾਰਮਿਕ ਵਿਚਾਰਾਂ ਦਾ ਬੰਦਾ ਵਾਂ ਔਰ ਧਾਰਮਿਕ ਵਿਚਾਰਾਂ ਨੂੰ ਸਮਝਦਾ ਹਾਂ ਧਾਰਮਿਕ ਵਿਚਾਰਾਂ 'ਚ ਹੀ ਪੈਸਾ ਕਾਫੀ ਲਗਾਵਾਂਗਾ। ਇੱਕ ਬਜ਼ੁਰਗ ਕਬਾੜੀਏ ਦੀ ਕਿਸਮਤ ਅਚਾਨਕ ਹੀ ਪਲਟ ਗਈ ਜਦੋਂ ਉਸਦੀ 2.5 ਕਰੋੜ ਦੀ ਲੋਟਰੀ ਨਿਕਲੀ ਅਤੇ ਅਚਾਨਕ ਇਸ ਤਰ੍ਹਾਂ ਕਿਸਮਤ ਪਲਟੀ ਵੇਖ ਪਰਿਵਾਰ ਦੀ ਖੁਸ਼ੀ ਦਾ ਕੋਈ ਠਿਕਾਣਾ ਹੀ ਨਹੀਂ ਰਿਹਾ। ਜਲੰਧਰ ਜ਼ਿਲ੍ਹੇ ਦੇ ਕਸਬਾ ਅਹਮਦਪੁਰ ਦੇ ਰਹਿਣ ਵਾਲੇ ਬਜ਼ੁਰਗ ਪ੍ਰੀਤਮ ਲਾਲ ਜੱਗੀ ਨੇ ਰਾਖੀ ਬੰਪਰ ਦੀ ਟਿਕਟ ਖਰੀਦੀ ਸੀ ਜਿਸਦੀ ਜਿੱਤ ਦੀ ਰਕਮ 2.5 ਕਰੋੜ ਰੁਪਏ ਸੀ ਅਤੇ ਬੀਤੇ ਦਿਨ ਪ੍ਰੀਤਮ ਲਾਲ ਨੇ ਅਖਬਾਰ 'ਚ ਪੜ੍ਹਿਆ ਕਿ ਉਹ ਰਾਖੀ ਬੰਪਰ ਦੇ ਵਿਜੇਤਾ ਨੇ। ਬਜ਼ੁਰਗ ਪ੍ਰੀਤਮ ਲਾਲ ਕਬਾੜੀਏ ਦਾ ਕੰਮ ਕਰਦੇ ਨੇ ਤੇ ਉਸਦੇ ਨਾਲ ਹੀ ਆਪਣੇ ਘਰ ਦਾ ਗੁਜ਼ਾਰਾ ਕਰਦੇ ਨੇ ਅਤੇ ਪਿਛਲੇ ਹਫਤੇ ਹੀ ਉਹਨਾਂ ਨੇ ਇਹ ਲੋਟਰੀ ਸ਼ਹਿਰ ਤੋਂ ਆਏ ਇੱਕ ਸੇਵਕ ਨਾਮ ਦੇ ਵਿਅਕਤੀ ਤੋਂ ਖਰੀਦੀ ਸੀ ਤੇ ਇਹ ਟਿਕਟ ਉਹਨਾਂ ਨੇ ਆਪਣੀ ਪਤਨੀ ਅਨੀਤਾ ਜੱਗੀ ਦੇ ਨਾਮ ਤੇ ਖਰੀਦੀ। ਇਸ ਮੌਕੇ ਪ੍ਰੀਤਮ ਲਾਲ ਨੇ ਕਿਹਾ ਕਿ ਉਹਨਾਂ ਨੂੰ ਯਕੀਨ ਹੀ ਨਹੀਂ ਹੋ ਰਿਹਾ ਕਿ ਉਹਨਾਂ ਦੀ 2.5 ਕਰੋੜ ਦੀ ਲੋਟਰੀ ਨਿਕਲੀ ਹੈ। ਲੋਟਰੀ ਨਿਕਲਣ ਤੋਂ ਬਾਅਦ ਪ੍ਰੀਤਮ ਲਾਲ ਨੇ ਪਰਮਾਤਮਾ ਦਾ ਸ਼ੁਕਰੀਆ ਅਦਾ ਕੀਤਾ ਅਤੇ ਕਿਹਾ ਕਿ ਉਹ ਇਸ ਪੈਸੇ ਦੇ ਨਾਲ ਆਪਣਾ ਨਵਾਂ ਘਰ ਬਣਾਉਣਗੇ ਕਿਉਂਕਿ ਉਹ ਉਮਰ ਭਰ ਕਿਰਾਏ ਦੇ ਮਕਾਨ ਤੇ ਹੀ ਰਹਿ ਰਹੇ ਸਨ ਅਤੇ ਬਾਕੀ ਬਚੇ 25% ਪੈਸੇ ਉਹ ਧਾਰਮਿਕ ਕੰਮਾਂ ਦੇ ਵਿੱਚ ਵਰਤਣਗੇ।
ਮੈਂ ਤਕਰੀਬਨ 50 ਸਾਲ ਤੋਂ ਜਦੋਂ 1 ਰੁਪਏ ਦਾ 2 ਰੁਪਏ ਦਾ ਟਿਕਟ 5 ਦਾ ਹੋਇਆ, ਫਿਰ 10 20 ਦਾ ਹੋਇਆ, ਫਿਰ 50 ਦਾ, ਫਿਰ 100 ਦਾ, ਉਦੋਂ ਤੱਕ ਪਾਉਂਦਾ ਆ ਰਿਹਾ ਹਾਂ। ਮੈਨੂੰ ਬੜੀ ਆਸ ਸੀ ਕਿ ਈਸ਼ਵਰ ਇੱਕ ਦਿਨ ਜ਼ਰੂਰ ਸਾਡੀ ਸੁਣੇਗਾ। ਤੋ ਮੈਂ ਅਰਦਾਸ ਕੀਤੀ ਈਸ਼ਵਰ ਦੇ ਅੱਗੇ ਕਿ ਇਹ ਮਾਲਕ ਸਾਡਾ ਮਕਾਨ ਵੀ ਹੈ ਨਹੀਂ, ਦੁਕਾਨ ਵੀ ਨਹੀਂ, ਕਿਰਾਏ 'ਤੇ ਰੁਲ ਰਹੇ ਹਾਂ, ਕਿ ਈਸ਼ਵਰ ਤੂੰ ਸਾਨੂੰ ਇਸ ਤਰ੍ਹਾਂ ਹੀ ਭੇਜੇਗਾ ਉੱਪਰ। ਲੇਕਿਨ ਈਸ਼ਵਰ ਨੇ ਆਪ ਜੀ ਦੀ ਕਿਰਪਾ ਦੇ ਨਾਲ, ਭਰਾਵਾਂ ਦੇ ਕਿਰਪਾ ਦੇ ਨਾਲ ਮੇਰੇ 'ਤੇ ਮਿਹਰ ਕੀਤੀ, ਗੁਰੂ ਕਿਰਪਾ ਹੋਈ, ਗੁਰੂ ਨਾਨਕ ਸਾਹਿਬ ਜੀ ਦੀ ਬੜੀ ਮਿਹਰ ਹੋਈ ਮੇਰੇ 'ਤੇ, ਜੇ ਮਹਾਮਾਈ ਦੀ, ਚਿੰਤਪੁਰਨੀ ਦੀ, ਵੈਸ਼ਨੋ ਦੇਵੀ, ਸਾਰੀਆਂ ਭੈਣਾਂ ਦੀ ਬੜੀ ਕਿਰਪਾ ਮੇਰੇ 'ਤੇ ਹੋਈ, ਮੇਰਾ ਬੰਪਰ 2.5 ਕਰੋੜ ਦਾ ਨਿਕਲਿਆ। ਮੈਂ ਇਹ ਅਰਦਾਸ ਕਰਦਾ ਹਾਂ ਕਿ ਪ੍ਰਭੂ ਇਸ ਪੈਸੇ ਨੂੰ ਕੋਈ ਅੱਛੇ ਪਾਸੇ, ਧਾਰਮਿਕ ਪਾਸੇ ਲਗਾਵਾਂਗਾ, ਜਿਹਦੇ ਨਾਲ ਮੇਰਾ ਮਨ ਵੀ ਸ਼ਾਂਤੀ ਹੋਵੇ ਔਰ ਮੈਂ ਆਪਣੇ ਆਪ 'ਚ ਸਮਝਾਂ ਕਿ ਮੈਂ ਅੱਛੇ ਪਾਸੇ ਲਾਇਆ ਹੈ। ਪੈਸਾ ਈਸ਼ਵਰ ਨੇ ਮੈਨੂੰ ਜੇ ਦਿੱਤਾ, ਇਸ ਨੂੰ ਮੈਂ ਅੱਛੇ ਪਾਸੇ ਲਵਾਂਗਾ। ਇਹਦੇ ਵਿੱਚ ਮੈਂ ਇਹ ਸੋਚਿਆ ਹੈ ਕਿ ਜਿਹੜਾ ਕਮ ਸੇ ਕਮ 25% ਪੈਸਾ ਮੈਂ ਇੱਕ ਧਾਰਮਿਕ ਸੰਸਥਾ ਦੇ ਵਿੱਚ ਲਾਵਾਂਗਾ, ਜਿਹਦੇ ਨਾਲ ਕਮ ਸੇ ਕਮ ਮੈਨੂੰ ਆਪਣੇ ਆਪ 'ਚ ਇਹ ਮਹਿਸੂਸ ਖੁਸ਼ੀ ਹੋਵੇਗੀ ਕਿ ਮੈਂ ਪੈਸਾ ਅੱਛੇ ਪਾਸੇ ਲਾਇਆ, ਬੁਰੇ ਨਹੀਂ ਲਾਇਆ। ਕਿਉਂਕਿ ਅੱਛੇ ਪਾਸੇ ਲੱਗਿਆ ਪੈਸਾ ਹੀ ਇਨਸਾਨ ਦੇ ਜੀਵਨ ਨੂੰ ਉਤਾ ਉਠਾਉਂਦਾ ਹੈ। ਤੋ ਮੈਂ ਅਰਦਾਸ ਕਰਦਾ ਹਾਂ ਪ੍ਰਭੂ ਅੱਗੇ, ਪ੍ਰਭੂ ਨੇ ਸਾਡੇ ਪਰਿਵਾਰ ਦੀ ਸੁਣੀ ਹੈ, ਕਿਉਂਕਿ ਮੈਂ ਮਕਾਨ ਵੀ ਔਰ ਦੁਕਾਨ ਵੀ ਜਿਹੜਾ ਕਿਰਾਏ 'ਚ ਰੁਲਦਾ ਸੀ, ਹੋ ਸਕਦਾ ਕਿ ਪ੍ਰਭੂ ਨੇ ਮੇਰੀ ਇਸੀ ਅਰਦਾਸ ਨੂੰ ਪੂਰਨ ਕੀਤਾ। ਮੈਂ ਜ਼ਰੂਰ ਇਹ ਆਪਣਾ ਮਕਾਨ ਔਰ ਦੁਕਾਨ ਲੈਣ ਤੋਂ ਬਾਅਦ, ਜੋ ਧਾਰਮਿਕ ਵਿਚਾਰਾਂ ਦਾ ਬੰਦਾ ਵਾਂ ਔਰ ਧਾਰਮਿਕ ਵਿਚਾਰਾਂ ਨੂੰ ਸਮਝਦਾ ਹਾਂ, ਧਾਰਮਿਕ ਵਿਚਾਰਾਂ 'ਚ ਹੀ ਪੈਸਾ ਕਾਫੀ ਲਗਾਵਾਂ।